ਉੱਥੇ ਗਏ ਬਾਈ 5-7 ਜਣੇ ਪਹਿਲੇ ਵੀਡੀਓ ਤਿਆਰ ਕਰੀ ਬੈਠੇ ਸੀ ਐ ਜਿਵੇਂ ਦੀਪ ਦੇ ਨਹੀਂ ਮਗਰ ਪੈ ਗਿਆ ਉਹਨੂੰ ਦੀਪ ਦੇ ਮਗਰ ਪੈ ਤੇ ਮਗਰ ਵੀਡੀਓ ਬਣਾ ਲਈ ਭੱਜ ਗਿਆ ਉਹ ਭੱਜ ਗਿਆ ਪਹਿਲੇ ਵੀਡੀਓ ਤਿਆਰ ਤੇ ਮੈਂ ਤਾਕੀ ਕਰੋ ਕੇ ਉਤਰਿਆ ਮੈਂ ਦੱਸੋ ਯਾਰ ਮੈਂ ਉਹਨੂੰ ਇਹੀ ਕਹਿ ਰਿਹਾ ਵੀ ਜੇ ਮਸ਼ੀਨ ਆਪਾਂ ਇੱਥੇ ਮੰਗਾਉਣੀ ਹੈ ਤਾਂ ਆਪਾਂ ਇੱਥੇ ਬੈਠੇ ਰਹੋ ਜੇ ਆਪਣੇ ਕੋਲ ਰਾਤ ਨੂੰ ਪੈਣ ਦਾ ਪ੍ਰਬੰਧ ਹੈਗਾ ਨਹੀਂ ਉਹ ਕਹਿੰਦੇ ਸੀ ਮਸ਼ੀਨ ਉੱਥੇ ਮੋਜੀ ਦੇ ਨਿਆਲ ਪਿੰਡ ਤੋਂ ਸਾਡੇ ਦਰਬੰਦੀ ਦਾ ਆਗੂ ਹੈ ਉਹਦੇ ਘਰੇ ਦੀ ਮਸ਼ੀਨ ਪਹੁੰਚਾ ਦਿੰਦੇ ਵੀ ਆਹ ਜਿਹੜਾ ਤੁਹਾਡਾ ਇੱਥੋਂ ਆ ਚੌਂਕ ਹੈ ਖਾਲੀ ਕਰਕੇ ਦੂਜੇ ਚੌਂਕ ਤੇ ਵੱਗ ਇੱਥੋਂ ਦੀ ਮਸ਼ੀਨ ਲਾਉਣੀ ਅਸੀਂ ਜੇ ਇੱਥੋਂ ਦੀ ਹੁਣ ਲਗਾਵਾਂਗੇ ਤਾਂ ਫਿਰ ਖੜਾ ਹੋਊਗਾ ਹੁਣ ਪਤਾ ਨੀ ਮੈਂ ਸਮਝ ਨੀ ਰਿਹਾ ਵੀ ਕੌਣ ਲੋਕ ਨੇ ਉਹ ਸਰਕਾਰ ਦੇ ਉਪਰਾਂ ਕੀਤੇ ਹੋਏ ਲੋਕ ਨੇ ਜਾਂ ਕਈ ਵਾਰੀ ਉਹੀ ਮਸ਼ਹੂਰੀ ਲੈਣੀ ਹੁੰਦੀ ਹੈ ਵੀ ਫਲਾਣੇ ਬੰਦੇ ਨੂੰ ਘੇਰ ਲਿਆ ਜੀ ਫਲਾਨਾ ਭਜਾ ਲਿਆ ਜੀ ਦੀਪ ਦੇ ਮਗਰ ਕਿੰਨਾ ਚਿਰ ਪਏ ਰਹੇ ਉਦੋਂ ਇਹ ਕੰਟੀਨਾ ਲੈ ਕੇ ਭੱਜ ਗਿਆ ਮੋਟਰਸਾਈਕਲ ਲੈ ਕੇ ਭੱਜ ਗਿਆ ਹੋਇਆ ਕਿ ਨਹੀਂ ਹੋਇਆ ਸੋ ਮੈਨੂੰ ਵੀ ਐਂ ਲੱਗਿਆ ਮੈਂ ਯਾਰ ਜੇ ਬੰਦੇ ਨੇ ਉਹਨਾਂ ਗੱਲ ਕਰਨੀ ਹੁੰਦੀ ਤਾਂ ਬਹਿ ਕੇ ਗੱਲ ਕਰਦੇ ਯਾਰ ਜਾਂ ਮੈਨੂੰ ਬਾਹਰ ਮੈਨੂੰ ਗੱਡੀ ਚੋਂ ਨਿਕਲ ਜਾਂਦਾ ਬੰਦੇ ਉਹ ਖੜ ਕੇ ਗੱਲ ਕਰ ਲੈਂਦੇ ਮੈਨੂੰ ਤਾਂ ਗੱਲ ਮੈਂ ਖਿੱਚੀ ਬੈਠਾ ਪਹਿਲੀ ਵੀਡੀਓ ਸ਼ੁਰੂ ਕਰ ਲਈ ਮੈਂ ਕਿਹਾ ਵੀ ਤੂੰ ਸੁਣਿਆ ਹੋਣਾ ਮੈਂ ਕਹਾਂ ਵੀਡੀਓ ਨਾ ਬਣਾਓ ਯਾਰ ਗੱਲ ਤਾਂ ਕਰ ਲਓ ਗੱਲ ਕੀ ਹੈ ਸੋ ਬਾਈ ਇਹੋ ਜਿਹੀਆਂ ਗੱਲਾਂ ਤੋਂ ਵੀ ਗ੍ਰੇਜ ਕਰੋ ਜੇ ਇਹੋ ਜਿਹੇ ਬੰਦੇ ਵੀ ਬਣਦੇ ਆ ਆਪਦੇ ਬੰਦੇ ਦੇ ਖਿਲਾਫ ਨਾ ਮਾਹੌਲ ਖੜਾ ਕਰਿਆ ਕਰੋ ਲੜ ਰਹੇ ਤੁਹਾਡੇ ਕੋਲ ਰਹਿ ਕਿੰਨੇ ਚਾਹੀਦੇ ਆ ਦਾਰੂ ਪੀਤੀ ਬੰਦਿਆਂ ਦੀ ਡਾਂਗਾ ਚੱਕੀ ਉਹਨਾਂ ਦੇ ਕੋਲ 100-150 ਬੰਦਾ ਇੱਕ ਗੱਡੀ ਦੇ ਚੜ੍ਹ ਕੇ ਆ ਕੇ ਤਾਂ ਫਿਰ ਉਹ ਸਿਕਿਉਰਿਟੀ ਨੇ ਫਾਇਰ ਕੀਤੇ ਜੋ ਉੱਥੇ ਕਹਾਣੀ ਹੋਈ ਆ ਹਾਂ ਹਾਂ ਮੇਰੇ ਬੰਦੇ ਨੇ ਚਲਾਇਆ ਮੈਂ ਕਦੋਂ ਕਹਿਣਾ ਮੈਂ ਇਹ ਨੀ ਕਹਿੰਦਾ ਕਿ ਉੱਥੇ ਕੋਈ ਹੋਰ ਆ ਕੇ ਫਾਇਰ ਕਰ ਗਿਆ ਜੋ ਸਾਡੇ ਉੱਤੇ ਗੱਡੀਆਂ ਨਹੀਂ ਚੜ੍ਹਦੇ ਆ ਕੇ ਬੰਦੇ ਹੁਣ ਇੰਨਾ ਬਾਈ ਹਜ਼ੂਮ ਇੱਥੇ ਖੜਾ ਡਾਂਗ ਨਾਲ ਕੇ ਮੇਰੇ ਦਾਲੇ ਹੋ ਕੀ ਕਰੂੰਗਾ ਬਾਈ ਬੰਦਾ ਕਰੂ ਮੈਂ ਤਾਂ ਚੱਲ ਕੇ ਇੱਥੋਂ ਗਿਆ ਉੱਥੇ 2 ਘੰਟੇ ਕਿੰਨੀ ਵਾਰ ਇੱਥੇ ਬੈਠੇ ਰਾਤ ਦਾ ਟਾਈਮ ਹੈ ਮੈਂ ਕਿਹਾ ਆਪਦੇ ਆਪ ਦੀ ਖਾਤਰ ਮੈਂ ਉਹਨਾਂ ਨੂੰ ਕਹਿੰਦੇ ਸੁਨੇਹਾ ਆ ਤਾਂ ਗਿਆ ਵੀ ਬਾਈ ਆਹ ਮਸ਼ੀਨ ਘੇਰ ਲਈ ਮੈਂ ਇਹ ਮੈਂ ਆ ਗਿਆ ਜੇ ਮੈਂ ਕਹਿੰਦਾ ਮਾਰਾ ਬਾਈ ਸੰਭੂ ਬੈਠਾ ਮੇਰੇ ਹੀ ਗੱਲ ਪੈਂਦੇ ਆ ਇਸ ਕਰਕੇ ਸਾਰਾ ਮਾਹੌਲ ਇੰਨਾ ਤਣਾਅਪੂਰਨ ਸੀ ਉਸ ਵੇਲੇ ਰਾਤ ਦਾ ਟਾਈਮ ਦਾਰੂ ਇੱਕ ਨਹੀਂ ਪੀਤੀ ਜਿਹਨੂੰ ਮੈਂ ਸਮਝਾਵਾਂ ਗੱਲ ਪਵੇ ਇੱਥੇ ਮਾਛਾ ਜਾ ਰਹੇ ਆ ਉੱਧਰ ਸਾਦੇ ਲੈ ਜਾ ਰਹੇ ਆ ਤੁਸੀਂ ਮੇਰੇ ਘਰ ਤਕੀਂਦੇ ਹੋ ਸਾਦੇ ਦਾ ਪੁੱਤਰ ਪੁਲਾਰੀ ਇਸ ਕਰਕੇ ਤਾਂ ਮੈਂ ਤੁਹਾਨੂੰ ਕਹਿਣਾ ਬਾਈ ਜਿਹੜਾ ਬੰਦਾ ਇੱਥੇ ਆਉਂਦਾ ਸਾਡੇ ਬਖਰੇਵੇ ਹੋਣਗੇ ਕੋਈ ਗੱਲ ਨੀ ਨੌਰੋ ਇੱਥੇ ਜਾਣਗੇ ਇਹ ਗੱਲ ਮੈਂ ਦਿੱਲੀ ਤੁਸੀਂ ਦੇਖੋ ਜਾਂ ਮੈਨੂੰ 26 ਜਨਵਰੀ ਨੂੰ ਸਟੇਜ ਤੋਂ ਗੁਜ਼ਾਰ ਲਾਂਦਿਆਂ ਲੱਖਾਂ ਦੇ ਦੀਪ ਗੁਜ਼ਾਰ ਆ ਦੋਨਾਂ ਨੂੰ ਗੁਜ਼ਾਰ ਕਿਹਾ ਗਿਆ ਮੇਰੇ ਮੂੰਹ ਦੇ ਵਿੱਚ ਸ਼ਬਦ ਸੁਣਿਆ ਨੀ ਹਾਲ ਤੱਕ ਮੈਂ ਕਿਹਾ ਆਗੂ ਦੇ ਖਿਲਾਫ ਜਿਸੇ ਮੇਰੇ ਖਿਲਾਫ ਬੋਲਿਆ ਹੋਵਾਂ ਮੈਂ ਇੱਕ ਗੱਲ ਜਾਣਦਾ ਮੇਰਾ ਮੇਰੀ ਸੋਚ ਉਸ ਵੇਲੇ ਵੀ ਇਹੀ ਸੀ ਤੇ ਅੱਜ ਵੀ ਇਹੀ ਹੈ ਉਦੋਂ ਹੀ ਮੈਨੂੰ ਇਹ ਲੱਗਦਾ ਕਿ ਮੈਂ ਜੇ ਪੰਜਾਬ ਹਾਰ ਗਿਆ ਪੰਜਾਬ ਨੇ ਮੇਰੇ ਤੋਂ ਉੱਠਣਾ ਨੀ ਅੱਜ ਵੀ ਮੈਂ ਸੋਚਦਾ ਵੀ ਜੇ ਪੰਜਾਬ ਦਾ ਇੱਥੇ ਨੁਕਸਾਨ ਹੋ ਗਿਆ ਨਾ ਪੰਜਾਬ ਦੇ 5-10 ਸਾਲ ਮੁੜ ਕੇ ਉੱਠਣਾ ਨੀ ਮਨੋਵਾ ਟੁੱਟਣਾ ਲੋਕਾਂ ਦਾ ਤਾਂ ਮੈਂ ਸਾਰੀਆਂ ਗੱਲਾਂ ਕਿਸੇ ਬੰਦੇ ਨੂੰ ਸਟੇਜ ਤੋਂ ਖੜ ਕੇ ਗਲਾ ਕੇ ਆ ਗਿਆ ਹੋਵੇ ਤੇ ਬੰਦਾ ਅੰਦਰ ਪੀ ਜੇਗਾ ਯਾਰ ਤੁਸੀਂ ਇੰਨੇ ਕਿਹੜੇ ਕਿਸੇ ਨੂੰ ਕਹਿਣ ਬੰਦਾ ਕਿੰਨਾ ਰਿਐਕਟ ਕਰਦਾ ਕਿ ਸਰ ਹਰ ਬੰਦੇ ਨੂੰ ਆਉਂਦਾ ਨਾ ਪਰ ਮੈਂ ਇੱਕ ਵਾਰ ਕਹਿਣਾ ਕਿ ਇਹ ਲੜਾਈ ਬਈ ਪੰਜਾਬ ਦੇ ਸੰਦਰਭ ਚ ਆ ਸਾਡੀ ਸੱਭਿਆਚਾਰ ਨੂੰ ਵਿਰਾਸਤ ਨੂੰ ਬਚਾਉਣ ਦੀ ਲੜਾਈ ਆ ਤੁਹਾਡੇ ਇਕੱਲੀਆਂ ਜ਼ਮੀਨਾਂ ਤੇ ਨਹੀਂ ਤੁਹਾਡੀ ਬੋਲੀ ਤੇ ਤੁਹਾਡੇ ਇਤਿਹਾਸ ਤੇ ਤੁਹਾਡੇ ਪਾਣੀਆਂ ਤੇ ਤੁਹਾਡੀ ਕੁੱਲ ਚੀਜ਼ ਤੇ ਹਮਲਾ ਹੈ